ਡਾਊਟ ਬਿਨਾਂ ਕਿਸੇ ਦੇਰੀ ਦੇ ਘੱਟ ਤੋਂ ਘੱਟ ਵੀ ਸਪੈਸ਼ਲ ਇੰਟਰਨਲ ਸਿਕਿਉਰਿਟੀ ਸਪੈਸ਼ਲ DGP ਪਰਿਵਾਰ ਨੇ ਜਿਹੜੀ ਕਮਿਟਮੈਂਟ ਹੋਈ ਸੀ ਉਹ ਕਮਿਟਮੈਂਟ ਅੱਜ ਕਲੀਅਰ ਹੋਈ ਆ। ਇਹ ਕਮਿਟਮੈਂਟ ਸੀ ਵੀ ਇਹਨਾਂ ਨੇ 15 ਲੱਖ ਰੁਪਇਆ ਇਹ ਮਰਡਰ ਉਹਦੀ ਇਹਨਾਂ ਦਾ ਇੱਥੋਂ ਦਾ ਇੱਕ ਦੋਸਤ ਸੀਗਾ। 24 ਅਗਸਤ ਨੂੰ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ NRI ਸੁਖਚੈਨ ਸਿੰਘ 'ਤੇ ਅਟੈਕ ਹੋਇਆ ਸੀ, ਜਾਨਲੇਵਾ ਅਟੈਕ ਹੋਇਆ ਸੀ। ਉਹਦੇ 'ਚ 2 ਸ਼ੂਟਰ ਮੌਕੇ ਦੇ ਸਾਹਮਣੇ ਆਏ ਸੀ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ। ਉਸ ਕੇਸ ਨੂੰ ਲੈ ਕੇ ਮਾਨਯੋਗ DGP ਸਾਹਿਬ, ਮਾਨਯੋਗ ਸੀਮ ਸਾਹਿਬ ਦੀਆਂ ਸਖ਼ਤ ਹਦਾਇਤਾਂ ਸੀ ਵੀ ਇਸ ਕੇਸ ਨੂੰ ਵਿਦਾਊਟ ਬਿਨਾਂ ਕਿਸੇ ਦੇਰੀ 'ਤੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਲੌਜਿਕ ਐਂਡ 'ਤੇ ਲਿਜਾਣਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਅਤੇ ਇਹਦਾ ਜਿਹੜਾ ਮੋਟਿਵ ਆ ਸਾਰਾ ਪਤਾ ਕਰਨਾ। ਉਸ DGP ਸਾਹਿਬ ਦੀਆਂ, ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਦੇ ਤਹਿਤ ਮਾਨਯੋਗ DGP ਸਪੈਸ਼ਲ ਇੰਟਰਨਲ ਸਿਕਿਉਰਿਟੀ ਸਪੈਸ਼ਲ DGP ਢੋਕੇ ਸਾਹਿਬ ਉਹ ਵੀ ਇੱਥੇ ਮੌਕੇ 'ਤੇ ਆਏ ਸੀ। ਸਾਡੇ ਹੋਰ ਸਾਡੇ ਜਿਹੜੇ ਜ਼ਿਲ੍ਹੇ ਦੀਆਂ ਜਿਹੜੀਆਂ ਬਾਕੀ ਨਾਲ ਦੇ ਜ਼ਿਲ੍ਹੇ ਦੀਆਂ ਜਾਂ ਕਾਊਂਟਰ ਇੰਟੈਲੀਜੈਂਸ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉਹ ਰਲ ਕੇ ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਇੱਥੇ ਵਰਕਆਊਟ ਕਰ ਰਹੇ ਸੀ। ਉਸ ਵਰਕਆਊਟ ਦਾ ਸਿੱਟਾ ਉਸ ਸਾਰੇ ਅਧਿਕਾਰੀਆਂ ਅਤੇ ਸਾਰੀਆਂ ਸਾਡੀਆਂ ਜਿਹੜੀਆਂ ਯੂਨਿਟਸ ਦੀ ਮਿਹਨਤ ਦੇ ਸਿੱਟੇ ਵਜੋਂ, ਤੁਹਾਨੂੰ ਪਤਾ ਪਹਿਲੇ 7 ਘੰਟਿਆਂ ਦੇ ਵਿੱਚ ਅਸੀਂ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਦਾ ਨਾਂ ਗੁਰਕੀਰਤ ਵਾਸੀ ਪਿੰਡ ਬੁੱਟਰਾਂ, ਏਰੀਅਸ ਗੋਰੀ, ਸੁਖਵਿੰਦਰ ਪੁੱਤਰ ਜਰਨੈਲ ਸਿੰਘ ਪਿੰਡ ਜੈਰਾਮਪੁਰ ਢਿੱਲਵਾਂ, ਇਹ 2 ਵਿਅਕਤੀ ਆ ਜਿਹੜੇ ਇਮੀਡੀਏਟ ਉੱਥੋਂ 7 ਘੰਟੇ ਦੇ ਵਿੱਚ ਸ਼ਾਮ ਤੱਕ ਆਈਡੈਂਟੀਫਾਈ ਹੋ ਗਏ ਸੀ, ਜਿਨ੍ਹਾਂ ਬਾਰੇ ਤੁਹਾਡੇ ਨਾਲ ਸ਼ੇਅਰ ਕੀਤਾ ਸੀ। ਇਸੇ ਤਰ੍ਹਾਂ ਨੈਕਸਟ ਡੇ ਇਹ ਗੱਲ ਇਸਟੈਬਲਿਸ਼ ਹੋ ਗਈ ਸੀ ਵੀ ਇਹ NRI ਦਾ ਮਰਡਰ ਆ ਜਿਹੜਾ, ਇਹ ਆਪਸੀ NRI ਪਰਿਵਾਰਾਂ ਦਾ ਝਗੜਾ, ਉਸ ਦੇ ਵਜ੍ਹਾ ਕਰਕੇ ਜਿਹੜੇ ਇਸ ਸੁਖਚੈਨ ਸਿੰਘ ਦਾ ਸਹੁਰਾ ਪਰਿਵਾਰ ਜੋ ਕਿ ਅਮੈਰੀਕਾ 'ਚ ਰਹਿੰਦਾ, ਉਸ ਪਰਿਵਾਰ ਵੱਲੋਂ ਫਰੌਤੀ ਦੇ ਕੇ, ਸੁਪਾਰੀ ਦੇ ਕੇ ਇਹਨਾਂ ਬੰਦਿਆਂ ਤੋਂ ਇਹ ਕ੍ਰਾਈਮ ਕਰਾਉਣ ਦਾ ਉਹਨਾਂ ਨੇ ਯਤਨ ਕੀਤਾ ਅਤੇ ਇਹ ਕ੍ਰਾਈਮ ਕਰਵਾਇਆ। ਉਸੇ ਲੜੀ ਤਹਿਤ 5 ਵਿਅਕਤੀ ਆ ਜਿਹੜੇ ਅਸੀਂ ਕੱਲ੍ਹ ਗ੍ਰਿਫਤਾਰ ਕਰ ਲਏ ਸੀ, ਜਿਨ੍ਹਾਂ ਨੇ ਕ੍ਰਾਈਮ 'ਚ ਅਸਿਸਟ ਕੀਤਾ ਜਾਂ ਕ੍ਰਾਈਮ ਕਰਨ ਤੋਂ ਬਾਅਦ ਇਹਨਾਂ ਨੂੰ ਪਨਾਹ ਦਿੱਤੀ ਆ, ਜਾਂ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਮੇਨ ਇਸ ਦਾ ਪੁਰਾਣਾ ਫਾਦਰ ਇਨ ਲਾ ਸੀਗਾ, ਅਸੀਂ ਉਹਨੂੰ ਮੌਕੇ ਤੋਂ ਅਰੈਸਟ ਕਰ ਲਿਆ ਸੀ। ਉਸੇ ਲੜੀ ਦੇ ਵਿੱਚ ਆਪ ਜੀ ਨਾਲ ਸ਼ੇਅਰ ਕੀਤਾ ਸੀ ਵੀ ਅਸੀਂ ਜਿਹੜੇ ਸ਼ੂਟਰਸ ਆ ਉਹਨਾਂ ਨੂੰ ਵੀ ਛੇਤੀ ਕਾਬੂ ਕਰ ਲਾਂਗੇ। ਸਾਡੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਲਗਾਤਾਰ ਉਸ ਫੋਲੋਅਪ ਦੇ ਵਿੱਚ ਲੱਗੀਆਂ ਸੀ। ਉਸ ਫੋਲੋਅਪ ਦੇ ਅਧੀਨ ਇਹ ਪਤਾ ਲੱਗਿਆ ਵੀ ਇਹ ਇੱਥੋਂ ਕ੍ਰਾਈਮ ਕੀਤਾ, ਕ੍ਰਾਈਮ ਕਰਨ ਤੋਂ ਬਾਅਦ ਇਹ ਫਿਰ ਆਪਣੇ ਉਸ ਹੋਟਲ 'ਚ ਆਏ, ਉੱਥੇ ਠਹਿਰੇ। ਕੁਛ ਇਹਨਾਂ ਨੇ ਜਿਹੜੇ ਬਾਹਰੋਂ ਸੁਖਚੈਨ ਦੇ ਸਹੁਰਾ ਪਰਿਵਾਰ ਨੇ ਜਿਹੜੀ ਕਮਿਟਮੈਂਟ ਹੋਈ ਸੀ ਉਹ ਕਮਿਟਮੈਂਟ ਅੱਜ ਕਲੀਅਰ ਹੋਈ ਆ। ਇਹ ਕਮਿਟਮੈਂਟ ਸੀ ਵੀ ਇਹਨਾਂ ਨੇ 15 ਲੱਖ ਰੁਪਇਆ ਇਹ ਮਰਡਰ ਕਰਨ ਦਾ ਲੈਣਾ ਸੀਗਾ, ਅਤੇ ਉਹ ਜਿਹੜਾ ਸੁਰਿੰਦਰਪਾਲ ਸਿੰਘ ਅਮੈਰੀਕਾ ਵਿੱਚ ਇਹਦੀ ਪੁਰਾਣੀ ਜਿਹੜੀ ਵਾਈਫ ਆ ਉਹਦਾ ਰੀਅਲ ਭਰਾ ਹੈਗਾ, ਉਹਨੇ ਇਹਨਾਂ ਨੂੰ ਕਨਵੇ ਕਰਨਾ ਸੀਗਾ, ਉਹਨੇ ਪੇ ਕਰਨਾ ਸੀਗਾ। ਅਤੇ ਉਸੇ ਦੇ ਤਹਿਤ ਉਸੇ ਨੇ ਇਹਨਾਂ ਨੂੰ 3 ਜਿਹੜੇ ਵੈਪਨ ਆ ਅਰੇਂਜ ਕਰਵਾ ਕੇ ਦਿੱਤੇ। ਉਹ 3 ਵੈਪਨ ਇਹ ਤੋਂ ਅੱਜ ਤੋਂ 5 ਮਹੀਨੇ ਪਹਿਲਾਂ ਉਹਦੀ ਇਹਨਾਂ ਦਾ ਇੱਥੋਂ ਦਾ ਇੱਕ ਦੋਸਤ ਸੀਗਾ ਜਿਹਦਾ ਨਾਂ ਮੈਂ ਲੈਣਾ ਵਾਜਬ ਨਹੀਂ ਸਮਝੂੰਗਾ, ਉਹਦੇ ਰਾਹੀਂ ਇੱਕ ਜਿਹੜਾ ਗੁਰਕੀਰਤ ਸਿੰਘ ਗੋਰੀ ਆ ਉਹਦੇ ਨਾਲ ਕੰਟੈਕਟ ਹੋਇਆ। ਉਸ ਕੰਟੈਕਟ ਦੇ ਨਾਲ ਉਸਦੇ ਕੰਟੈਕਟ ਦੇ ਰਾਹੀਂ ਜਿਹੜਾ ਸੁਰਿੰਦਰਪਾਲ ਨੇ ਡਾਇਰੈਕਟ ਇਹਦੇ ਨਾਲ ਗੱਲਬਾਤ ਕੀਤੀ ਅਤੇ ਇਹਦੇ ਨਾਲ ਡੀਲ ਕੀਤੀ। ਅੱਜ ਤੋਂ 15 ਕੁ ਦਿਨ ਪਹਿਲਾਂ ਇਹਨਾਂ ਨੇ ਕਿਸੇ ਥਾਂ 'ਤੇ ਉਸੇ ਬਾਹਰ ਅਮੈਰੀਕਾ ਬੈਠੇ ਬੰਦੇ ਨੇ 3 ਵੈਪਨ ਆ ਜਿਹੜੇ ਇਹਨਾਂ ਨੂੰ ਉੱਥੇ ਸਪਲਾਈ ਕੀਤੇ, ਉਹ ਵੈਪਨਾਂ ਨਾਲ ਲੈ ਕੇ ਇੱਕ ਜਿਹੜੀ ਅੱਜ ਦੀ ਇਨਵੈਸਟੀਗੇਸ਼ਨ ਤੋਂ ਸਾਨੂੰ ਕੱਲ੍ਹ ਵੀ ਇਹ ਪਤਾ ਸੀ ਵੀ ਇੱਕ ਮੋਟਰਸਾਈਕਲ 'ਤੇ ਇੱਕ ਹੋਰ ਬੰਦਾ ਆਇਆ ਸੀ ਜਿਹੜਾ ਕਿ ਕ੍ਰਾਈਮ ਜਦੋਂ ਇਹ ਕਰਨ ਆਏ ਸੀ ਉਹ ਕ੍ਰਾਈਮ ਸਥਾਨ ਦੇ ਬਾਹਰ
ਉੱਥੋਂ ਮੋਟਰਸਾਈਕਲ ਤੋਂ ਉਤਰ ਕੇ ਚੱਲਿਆ ਗਿਆ ਸੀ। ਉਸ ਬੰਦੇ ਦੀ ਵੀ ਅਸੀਂ ਲਗਾਤਾਰ ਭਾਲ ਕਰ ਰਹੇ ਸੀ। ਸਾਡੀਆਂ ਟੀਮਾਂ ਹਰ ਸੰਭਵ ਟੈਕਨੀਕਲ ਅਸਿਸਟੈਂਸ CCTV ਜਾਂ ਹਿਊਮਨ ਇੰਟ ਦੇ ਨਾਲ ਵਰਕਆਊਟ ਕਰਕੇ ਉਸ ਵਿਅਕਤੀ ਨੂੰ ਵੀ ਅਸੀਂ ਆਈਡੈਂਟੀਫਾਈ ਕਰ ਲਿਆ ਸੀ। ਉਸ ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਏਲੀਏ ਸਾਬੀ, ਪੁੱਤਰ ਅਮਰਜੀਤ ਸਿੰਘ ਵਾਸੀ ਬੁੱਟਰਾਂ ਦਾ ਸੀਗਾ। ਉਹ ਵਿਅਕਤੀ ਵੀ ਇਹਨਾਂ ਦੇ ਨਾਲ ਕ੍ਰਾਈਮ 'ਚ ਇਨਵੋਲਵ ਸੀਗਾ। ਇਹ ਤਿੰਨੇ ਬੰਦੇ ਇੱਥੇ ਹੋਟਲ 'ਚ ਵੀ ਰਹੇ ਸੀ, ਤਿੰਨੇ ਬੰਦੇ ਕ੍ਰਾਈਮ 'ਚ ਫੁੱਲ ਇਹਨਾਂ ਦੀ ਇਨਵੋਲਵਮੈਂਟ ਸੀ। ਅੱਜ ਪੁਲਿਸ ਨੇ ਹੁਸ਼ਿਆਰਪੁਰ ਦੀ ਇੱਕ ਸਰਾਂ ਦੇ ਵਿੱਚੋਂ ਹੁਸ਼ਿਆਰਪੁਰ ਪੁਲਿਸ ਨੂੰ ਉੱਥੇ ਲੋਕਲ ਪੁਲਿਸ ਦੀ ਮਦਦ ਲੈ ਕੇ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਉੱਥੋਂ ਕਾਬੂ ਕੀਤਾ। ਕਾਬੂ ਕਰਕੇ ਉੱਥੋਂ ਲਿਆ ਕੇ ਇਹਨਾਂ ਨੇ ਜਿਹੜਾ ਕ੍ਰਾਈਮ ਦੇ ਵਿੱਚ ਵਰਤਿਆ ਮੋਟਰਸਾਈਕਲ ਸੀ ਉਹ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਲਾਇਆ ਸੀ, ਅਤੇ ਜਿਹੜੇ ਇਹਨਾਂ ਨੇ ਦੋ ਵੈਪਨ ਯੂਜ਼ ਕੀਤੇ ਸੀ ਉਹ ਇੱਥੇ ਵੱਲਾਂ ਨਹਿਰ ਦੇ ਲਾਗੇ ਉੱਥੇ ਲੁਕੋ ਕੇ ਗਏ ਸੀਗੇ। ਕ੍ਰਾਈਮ ਕਰਨ ਤੋਂ ਬਾਅਦ ਉਹ ਪਹਿਲਾਂ ਉੱਥੋਂ ਇਹਨਾਂ ਨੂੰ ਲਿਆ ਕੇ ਇਹਨਾਂ ਦੀ ਸਰਸਰੀ ਪੁੱਛਗਿੱਛ ਕਰਕੇ ਇਹ ਪਤਾ ਲੱਗਿਆ 15 ਲੱਖ ਰੁਪਇਆ ਇਹਨਾਂ ਨੇ ਕਮਿਟ ਕੀਤਾ ਸੀ ਲੈਣ ਦਾ ਕ੍ਰਾਈਮ ਕਰਨ ਦਾ, ਅਤੇ ਜਿਹਦੇ 'ਚੋਂ ਪਿਛਲੇ ਹਫ਼ਤੇ ਦੌਰਾਨ ਜਦੋਂ ਤੋਂ ਇਹ ਅੰਮ੍ਰਿਤਸਰ ਆਏ ਸੀ ਮਨੀਗ੍ਰਾਮ ਜਾਂ ਜਿਹੜੀਆਂ ਹੋਰ ਅਜਿਹੀਆਂ ਜਿਹੜੀਆਂ ਟ੍ਰਾਂਸਫਰ ਮਨੀ ਟ੍ਰਾਂਸਫਰ ਕਰਨ ਵਾਲੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ 85,000 ਰੁਪਇਆ ਇਹਨਾਂ ਨੇ ਇੱਥੇ ਹੋਟਲਾਂ 'ਚ ਰਹਿੰਦੇ ਹੋਏ ਨੇ ਪਿਛਲੇ 4 ਦਿਨਾਂ 'ਚ ਰਿਸੀਵ ਕੀਤਾ। ਉੱਥੋਂ ਲਿਆ ਕੇ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਕੇ ਅੱਜ ਜਦੋਂ ਸੁਖਵਿੰਦਰ ਜਿਹਨੂੰ ਕਿ ਸੁੱਖਾ ਗ੍ਰਨੇਡ ਵੀ ਕਹਿੰਦੇ ਆ, ਇਹ ਪਹਿਲਾਂ 29/9 ਨੂੰ ਕਪੂਰਥਲਾ ਜੇਲ੍ਹ 'ਚੋਂ ਮੁਕੱਦਮਿਆਂ 'ਚੋਂ ਬਾਹਰ ਆਇਆ ਸੀਗਾ। ਇਹਦੇ ਕਰੀਬ ਇੱਥੇ 10 ਮੁਕੱਦਮੇ ਦਰਜ ਨੇ ਜਿਨ੍ਹਾਂ 'ਤੇ ਲੜਾਈ ਝਗੜੇ ਦੇ ਨੇ ਅਤੇ ਕੁਛ NDPS ਦੇ ਪਰਚੇ ਨੇ। ਜਿਹੜਾ ਗੁਰਵਿੰਦਰ ਸਿੰਘ ਗੋਰੀ ਹੈਗਾ ਉਹ 20 ਫਰਵਰੀ 2024 ਨੂੰ ਉਹ ਵੀ ਕਪੂਰਥਲਾ ਜੇਲ੍ਹ 'ਚੋਂ ਬਾਹਰ ਆਇਆ ਸੀਗਾ। ਇਹ ਦੋਨੇ ਜੇਲ੍ਹ 'ਚੋਂ ਬਾਹਰ ਆ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇਖਦਿਆਂ ਹੋਇਆਂ, ਕਿਉਂਕਿ ਜਿਹੜੇ ਸੁਖਚੈਨ ਦਾ ਜਿਹੜਾ ਪਹਿਲਾ ਸਹੁਰਾ ਪਰਿਵਾਰ ਆ ਉਹਨਾਂ ਦੇ ਜਿਹੜਾ ਰਹਿਸ਼ੀ ਜ਼ਿਲ੍ਹਾ ਹੁਸ਼ਿਆਰਪੁਰ ਬੈਂਸਾਂ ਪਿੰਡ ਹੈਗਾ, ਉਹ ਬੈਂਸਾਂ ਪਿੰਡ ਦੇ ਇਹ ਨਾਲ ਲੱਗਦੇ ਇਲਾਕੇ ਇੱਕ ਭੋਗਪੁਰ ਦਾ ਅਤੇ ਇੱਕ ਢਿੱਲਵਾਂ ਥਾਣੇ ਦੇ ਜਿਹੜੇ ਹੈਗੇ ਨੇ ਉਹ ਬੰਦੇ ਉਹਨਾਂ ਨੇ ਅਰੇਂਜ ਕਰਕੇ ਇਹਨਾਂ ਨੂੰ ਦਿੱਤੇ। ਉਹਨਾਂ ਬੰਦਿਆਂ ਦੇ ਰਾਹੀਂ ਇਹ ਕ੍ਰਾਈਮ ਇੰਜ਼ਾਮ ਦੇਣਾ ਸੀਗਾ ਅਤੇ ਉਹ ਉਸੇ ਦੀ ਲੜੀ ਦੇ ਵਿੱਚ ਆ ਕੇ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ। ਅੱਜ ਜਦੋਂ ਦੋਨੇ ਗੁਰਵਿੰਦਰ ਗੁਰੀ ਨੂੰ ਅਤੇ ਸੁਖਵਿੰਦਰ ਨੂੰ ਉਹ ਪਿਸਟਲ ਰਿਕਵਰ ਕਰਨ ਦੇ ਲਈ ਕਮਿਸ਼ਨਰੇਟ ਪੁਲਿਸ ਵੱਲਾਂ ਲਾਗੇ ਨਹਿਰ ਦੇ ਕੋਲ ਉੱਥੇ ਲੈ ਕੇ ਗਈ ਤਾਂ ਇਹਨਾਂ ਨੇ ਸਾਡੇ ਜਿਹੜੇ ਕਰਮਚਾਰੀ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਵੀ ਜਿੱਥੇ ਇਹਨਾਂ ਦੇ ਪਿਸਟਲ ਪਏ ਸੀ ਉਹ ਪਿਸਟਲ ਚੱਕ ਕੇ ਸਾਡੇ ਜਿਹੜੇ ਕਰਮਚਾਰੀਆਂ 'ਤੇ ਅਟੈਕ ਕੀਤਾ। ਸਾਡੇ ਕਰਮਚਾਰੀਆਂ ਨੇ, ਪੁਲਿਸ ਪਾਰਟੀ ਨੇ ਆਪਣੇ ਬਚਾਓ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਾ ਭੱਜਣ ਦਿੱਤਾ, ਰਾਦਰ ਦੈਨ ਇਹਨਾਂ ਨੂੰ ਇਹਨਾਂ ਦੇ ਵੈਪਨ ਆ ਜਿਹੜੇ ਇਹਨਾਂ ਦੇ ਵੈਪਨ ਵੀ ਕਬਜ਼ੇ 'ਚ ਲਏ ਅਤੇ ਉਹ ਫਾਇਰਿੰਗ ਦੌਰਾਨ ਸਾਡੇ ਵੱਲੋਂ ਜਿਹੜੀ ਸੈਲਫ ਪ੍ਰੋਟੈਕਸ਼ਨ ਲਈ ਇਹਨਾਂ ਦਾ ਆਪਦੇ ਬਚਾਅ ਲਈ ਫਾਇਰਿੰਗ ਕੀਤੀ ਸੀ। ਫਾਇਰਿੰਗ ਦੌਰਾਨ ਜਿਹੜਾ ਗੁਰਕੀਰਤ ਏਲੀਅਸ ਗੁਰੀ ਅਤੇ ਸੁਖਵਿੰਦਰ ਉਹ ਜ਼ਖਮੀ ਹੋ ਗਏ ਨੇ, ਉਹਨਾਂ ਨੂੰ ਇਸ ਵਕਤ ਅਸੀਂ ਹੋਸਪਿਟਲ ਦੇ ਵਿੱਚ ਜੇਰੇ ਇਲਾਜ ਉੱਥੇ ਛੱਡ ਕੇ ਆਏ ਹਾਂ। ਜਿਹੜਾ ਸਾਬੀ ਆ ਸੁਖਵਿੰਦਰ ਸਾਬੀ ਉਹ ਸਾਡੇ ਕੋਲ ਕਸਟੱਡੀ 'ਚ ਆ, ਉਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਸ ਤਰ੍ਹਾਂ ਇਹ ਜਿਹੜਾ ਕ੍ਰਾਈਮ ਹੋਇਆ ਸੀ ਇਹ ਅੱਜ ਇਹਦਾ ਪੂਰਾ ਪਰਦਾਫਾਸ਼ ਹੋ ਗਿਆ, ਜਿਹਤੋਂ ਇਹੀ ਤੱਥ ਜਿਹੜਾ ਅਸੀਂ ਕੱਲ੍ਹ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਸੁਖਚੈਨ ਸਿੰਘ ਦੇ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਭਾਵੇਂ ਉਹਨੇ ਸੁਸਾਈਡ ਕੀਤਾ ਸੀ ਉਹਦੀ ਮੌਤ ਦਾ ਬਦਲਾ ਲੈਣ ਲਈ ਸੁਖਚੈਨ ਨੂੰ ਕਤਲ ਕਰਾਉਣ ਦੇ ਲਈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਇਸ ਕ੍ਰਾਈਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਆ। ਜੋ ਜਿਹੜੇ ਅੱਜ ਤੱਕ 5 ਦੋਸ਼ੀ ਕੱਲ੍ਹ ਗ੍ਰਿਫਤਾਰ ਹੋ ਗਏ ਸੀ, 3 ਅੱਜ ਜਿਹੜੇ ਮੇਨ ਸ਼ੂਟਰ ਗ੍ਰਿਫਤਾਰ ਹੋ ਗਏ ਨੇ। ਜਿਹੜਾ ਸਾਡਾ ਜਿਹੜਾ ਮੇਜਰ ਪਾਰਟ ਆ ਉਹ ਕ੍ਰਾਈਮ ਦਾ ਜਿਹੜਾ ਟਰੇਸ ਹੋ ਕੇ ਸਾਡਾ ਇਹ ਜਿਹੜਾ ਮੁਕੱਦਮਾ ਕੰਪਲੀਟ ਹੋ ਗਿਆ। ਅੱਜ ਜਦੋਂ ਹੁਣ ਇਹਨਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਉਹ ਇੱਕ ਵੱਖਰਾ ਪਰਚਾ ਅਟੈਕ ਕਰਨ ਦਾ ਜਿਹੜਾ ਉਹ ਇਹਨਾਂ 'ਤੇ ਦਰਜ ਹੋਇਆ ਗਾ, ਉਹਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇਗੀ ਅਤੇ ਇਹਨਾਂ ਦੀ ਪੁੱਛਗਿੱਛ ਕਰਕੇ ਇਹਨਾਂ ਨੇ ਪੈਸੇ ਆ ਜਿਹੜੇ
ਹੋਰ ਕਿਹੜੇ ਕਿਹੜੇ ਸੋਰਸਿਸ ਰਾਹੀਂ ਮੰਗਾਏ ਨੇ ਜਾਂ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਕਿਵੇਂ ਕ੍ਰਾਈਮ ਦੇ ਨਾਲ ਕਿਵੇਂ ਜੁੜਦੇ ਨੇ ਉਹਨੂੰ ਕੰਪਲੀਟ ਕੀਤਾ ਜਾਵੇਗਾ। ਪੁਲਿਸ ਕਰਮਚਾਰੀ ਹੈ ਸਾਡੇ, ਦੋ ਕਰਮਚਾਰੀ ਸੀ, ਉਹਨਾਂ ਦਾ ਚੈੱਕਅਪ ਕਰਵਾਇਆ, ਜਿਹੜੇ ਮੂਹਰੇ ਸੀਗੇ ਉਹ ਬੇਸਿਕਲੀ ਉਹਨਾਂ 'ਤੇ ਗੋਲੀ ਨਹੀਂ ਲੱਗੀ, ਬਟ ਉਹ ਥੋੜ੍ਹਾ ਟੈਨਸ਼ਨ ਜਾਂ ਘਬਰਾਹਟ ਦੇ ਵਿੱਚ ਥੋੜ੍ਹਾ ਜਿਹਾ ਫੇਂਟ ਹੋਏ ਸੀਗੇ। ਦੇ ਆਰ ਆਲ ਰਾਈਟ, ਉਹਨਾਂ ਦੇ ਕੋਈ ਗੋਲੀ ਨਹੀਂ ਲੱਗੀ ਆ। ਇਹਨਾਂ ਦੋਨਾਂ ਦੇ ਜਿਹੜੀ ਆ ਲੱਤ ਦੇ ਵਿੱਚ ਗੋਲੀ ਲੱਗੀ ਆ, ਇੱਕ ਦੇ ਸ਼ਾਇਦ ਪੱਟ ਦੇ ਵਿੱਚ ਗੋਲੀ ਲੱਗੀ ਆ। ਉਹ ਡਾਕਟਰ ਸਾਹਿਬਾਨ ਨੇ ਇਹਨਾਂ ਦਾ ਇਲਾਜ ਕਰਾਇਆ, ਅਸੀਂ ਉੱਥੇ ਦੇਖ ਕੇ ਆਏ ਹਾਂ। ਪਿਸਟਲ ਦੀਆਂ ਗੋਲੀਆਂ, ਪਿਸਟਲ ਉਹੀ ਪਿਸਟਲ ਜਿਹੜੇ ਇਹਨਾਂ ਨੇ ਕ੍ਰਾਈਮ ਕਰਕੇ ਉੱਥੇ ਲੁਕੋ ਕੇ ਗਏ ਸੀ, ਸੇਮ ਪਿਸਟਲ ਜਿਹੜੇ ਆ ਉਹ ਦੋਨੇ ਪਿਸਟਲ ਵੀ ਰਿਕਵਰ ਕਰ ਲਿਆ, ਜਿਨ੍ਹਾਂ ਦਾ ਇੱਕ ਮੈਗਜ਼ੀਨ ਮੌਕੇ 'ਤੇ ਡਿੱਗ ਗਿਆ ਸੀਗਾ ਔਰ ਤਿੰਨ ਮੈਗਜ਼ੀਨ ਜਿਹੜੇ ਆ ਇਹਨਾਂ ਦੇ ਨਾਲ ਪਲੱਸ ਜਿਹੜੇ ਕੁਛ ਕਾਰਟ੍ਰੀਜਸ ਹੈਗੇ ਨੇ ਉਹ ਸਾਰੇ ਅਸੀਂ ਇਹਨਾਂ ਤੋਂ ਲੈ ਕੇ ਪੁਲਿਸ ਨੂੰ। ਉਹ ਉਸੇ ਦਿਨ ਹੀ ਦੱਬ ਗਈ, ਉਸੇ ਦਿਨ ਹੀ ਉਹ ਇਨਵੈਸਟੀਗੇਸ਼ਨ ਦੀ ਤਹਿ ਤੱਕ ਜਾ ਕੇ ਜਿਹੜਾ ਵੀ ਬੰਦਾ ਦੂਰੋਂ ਨੇੜਿਓਂ ਜਿਹੜਾ ਵੀ ਇਸ ਕ੍ਰਾਈਮ 'ਚ ਇਨਵੋਲਵਡ ਆ, ਭਾਵੇਂ ਉਹ ਸਾਡੇ ਕੋਲ ਇੱਥੇ ਆ ਭਾਵੇਂ ਵਿਦੇਸ਼ਾਂ 'ਚ ਬੈਠਾ, ਇਹ ਸਾਡੇ CM ਸਾਹਿਬ ਦੀ, ਸਾਡੇ DGP ਸਾਹਿਬ ਦੀਆਂ ਸਖ਼ਤ ਹਦਾਇਤਾਂ ਨੇ ਵੀ ਕੋਈ ਅਜਿਹਾ ਜਿਹੜਾ ਕੋਈ ਐਲੀਮੈਂਟ ਆ ਜਿਹੜਾ ਉਹ ਬਿਲਕੁਲ ਲੌਜਿਕ ਐਂਡ 'ਤੇ ਲੈ ਕੇ ਜਾਵਾਂਗੇ, ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜਿਹੜੇ ਪਿਛਲੇ ਹਫ਼ਤੇ ਦੌਰਾਨ ਆ ਮੋਟੇ ਤੌਰ 'ਤੇ ਜੋ ਜ਼ਾਹਰ ਹੋਇਆ ਉਹ ਸਾਡੇ 85,000 ਰੁਪਇਆ ਇਹਨਾਂ ਨੇ ਇੱਥੇ ਹੋਟਲਾਂ 'ਚ ਰਹਿੰਦਿਆਂ ਰਹਿੰਦਿਆਂ ਨੇ, ਇਹ ਦੋ ਹੋਟਲਾਂ 'ਚ ਰਹੇ ਨੇ, ਉਸ ਦੌਰਾਨ 85,000 ਰੁਪਈਏ ਜਿਹੜਾ ਔਨ ਰਿਕਾਰਡ ਬਾਹਰੋਂ USA ਤੋਂ ਇੱਥੇ ਟ੍ਰਾਂਸਫਰ ਹੋਇਆ। ਦੂਸਰਾ ਬਹਿਲਾਂ ਹੋਟਲ ਆ, ਦੋ ਦਿਨ ਬਹਿਲਾਂ ਹੋਟਲ 'ਚ ਰਹੇ ਨੇ, ਦੋ ਦਿਨ ਇੱਥੇ ਰਹੇ ਨੇ। ਇਹ ਪਿਛਲੇ 5-6 ਦਿਨਾਂ ਦੇ ਇੱਥੇ ਆ ਕੇ ਇਹ ਕ੍ਰਾਈਮ ਕਮਿਟ ਕਰਦੇ ਸੀ। ਇਹ ਨਸ਼ੇ ਡਰੱਗ ਡੋਜ਼ ਵੀ ਲੈਂਦੇ ਨੇ ਅਤੇ ਡਰੱਗ ਲੈਣ ਲਈ ਇਹ ਤਰਨ ਤਰਨ ਵੀ ਗਏ ਸੀ। ਉਹ ਤੋਂ ਇਲਾਵਾ ਇਹਨਾਂ ਦਾ ਜਿਹੜਾ ਨਸ਼ੇ ਕਰਨ ਦੇ ਆਦੀ ਨੇ ਅਤੇ ਇੱਦਾਂ ਦਾ ਕ੍ਰਿਮੀਨਲ ਰਿਕਾਰਡ ਆ, ਇਹ ਕ੍ਰਿਮੀਨਲ ਰਿਕਾਰਡ ਵਾਲੇ ਬੰਦਿਆਂ ਨੇ ਕ੍ਰਾਈਮ ਕਮਿਟ ਕੀਤਾ। ਨਹੀਂ, ਇਹ ਜਿਹੜਾ ਆਪਣਾ ਮੋਟਰਸਾਈਕਲ ਦੇ ਵੈਪਨ ਇੱਥੇ ਲੁਕੋ ਕੇ ਗਏ ਸੀ, ਵੈਪਨ ਉੱਥੋਂ ਨਹੀਂ ਮਿਲਿਆ। ਉਹ ਐਗਜੈਕਟਲੀ ਕਾਊਂਟਿੰਗ ਕਰਦੇ ਹਾਂ, ਇਹਨਾਂ ਵੱਲੋਂ ਮੇਰੇ ਹਿਸਾਬ ਨਾਲ 3 ਤੋਂ 4 ਜਿਹੜੇ ਇਹਨਾਂ ਨੇ ਫਾਇਰ ਕੀਤੇ ਨੇ। ਹਾਂਜੀ, ਇਹਨਾਂ 'ਚ ਹਾਂਜੀ ਦੋਨੇ ਆਊਟ ਆਫ ਡੇਂਜਰ ਹੈ। ਪਿਸਟਲ ਇਹ ਗੱਲ ਨਹੀਂ ਹੁੰਦੀ ਮਾਲ ਫੰਕਸ਼ਨ ਹੋ ਗਈ, ਇੱਕ ਤਾਂ ਉਹਨਾਂ ਨੇ ਪੈਨਿਕ ਹੋਇਆ ਨੇ ਉਸ ਵੇਲੇ, ਉਹਨਾਂ ਦਾ ਮੈਗਜ਼ੀਨ ਹੀ ਡਿੱਗ ਪਿਆ ਸੀਗਾ, ਇੱਕ ਮੈਗਜ਼ੀਨ, ਹਰ ਪਿਸਟਲ ਨਾਲ ਦੋ ਦੋ ਮੈਗਜ਼ੀਨ ਸੀ, ਇੱਕ ਮੈਗਜ਼ੀਨ ਉੱਥੇ ਡਿੱਗ ਪਿਆ। ਉਹ ਬੰਦਾ ਉੱਥੇ ਆਪਣੇ ਆਪ 'ਚ ਪਾਸੇ ਹੋ ਗਿਆ ਕਿਉਂਕਿ ਉਹਦਾ ਮੈਗਜ਼ੀਨ ਡਿੱਗ ਪਿਆ, ਦੁਬਾਰਾ ਉਹ ਲਾਉਣ ਜੋਗਾ ਨਹੀਂ ਸੀ, ਪੈਨਿਕ ਹੋ ਗਿਆ। ਦੂਸਰੇ ਨੇ 2 ਫਾਇਰ ਕਰਤੇ ਸੀ, ਫਾਇਰ ਕਰਨ ਤੋਂ ਬਾਅਦ ਜਿਹੜਾ ਉਹਦਾ ਇੱਕ ਕਾਰਟ੍ਰਿਜ ਹੈਗਾ ਉਹ ਵਿਚੜਿਆ ਰਹਿ ਗਿਆ। ਇਹ ਕੋਈ ਪਰਮਾਨੈਂਟਲੀ ਡਿਸੇਬਲ ਨਹੀਂ ਹੋ ਜਾਂਦਾ, ਡਿਸਫੰਕਸ਼ਨ ਨਹੀਂ ਹੋ ਜਾਂਦਾ, ਦੁਬਾਰਾ ਉਹਨੂੰ ਖੋਲ੍ਹ ਕੱਢ ਕੇ ਜਦੋਂ ਕੌਕ ਕਰਦੇ ਨੇ ਫਿਰ ਉਹ ਠੀਕ ਹੋ ਜਾਂਦਾ। ਹਾਂਜੀ, ਸੇਮ ਵੈਪਨ ਦੋਨੇ ਕਰ। ਇਹ ਸੁਰਿੰਦਰ, ਹਾਂਜੀ ਸੁਰਿੰਦਰ, ਜਿਹੜਾ ਇਹਨਾਂ ਦਾ ਪਰਚਾ ਦਰਜ ਹੋਇਆ ਸੀ 5 ਵਿਅਕਤੀਆਂ 'ਤੇ, ਪਰਿਵਾਰ ਨੇ ਮੁੱਢਲੇ ਤੌਰ 'ਤੇ ਜਿਹੜੇ ਸੁਖਚੈਨ ਦਾ ਪੁਰਾਣਾ ਫਾਦਰ ਇਨ ਲਾ, ਮਦਰ ਇਨ ਲਾ, ਉਹਦੀ ਜਿਹੜੀ ਸਾਲੀ ਹੋ ਗਈ, ਉਹਦਾ ਸਾਲਾ ਹੋ ਗਿਆ ਅਤੇ ਉਹਦੇ ਉਹਨਾਂ ਦਾ ਜੀਜਾ ਹੋ ਗਿਆ। 5 ਸਿੱਧਾ ਹੁਸ਼ਿਆਰਪੁਰ ਤੋਂ ਅਸੀਂ ਪੁੱਛ ਗਿੱਛ ਮੋਟੇ ਤੌਰ 'ਤੇ ਕਰਕੇ ਆਪਾਂ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਾਇਆ ਖਡੂਰ ਸਾਹਿਬ ਤੋਂ, ਖਡੂਰ ਸਾਹਿਬ ਤੋਂ ਲਿਆਂਦਾ ਇੱਥੇ ਲਿਆਂਦਾ। ਅੱਜ ਸਵੇਰੇ ਉੱਥੇ ਇਹ ਕਰੀਬ ਸਾਡੀ 9-10 ਕੁ ਵਜੇ ਦੀ ਗੱਲ ਹੈ, 10:30 ਵਜੇ ਦੀ ਗੱਲ ਹੈਗੀ ਆ ਜਦੋਂ ਉਹਨਾਂ ਨੂੰ ਉੱਥੋਂ ਕਾਬੂ ਕੀਤਾ। ਉਹ ਫਿਰ ਸਾਰਾ ਸਮਾਂ ਹੁਣ ਤੱਕ ਅਸੀਂ ਓਪਰੇਸ਼ਨ 'ਚ ਹੀ ਲੱਗੇ ਰਹੇ ਹਾਂ, ਤਾਂ ਹੀ ਆਪਾਂ ਥੋੜ੍ਹਾ ਜਿਹਾ ਲੇਟ ਮਿਲ ਰਹੇ ਹਾਂ। ਹਾਂਜੀ, ਅਸੀਂ ਸਟਾਰ ਵੈਪਨ ਆ ਜੀ ਇਹਨਾਂ ਦੇ, ਉਹ ਹੈ ਮਤਲਬ ਸਟਾਰ ਵੈਪਨ ਨੇ। ਧਰਮਸ਼ਾਲਾ
ਅਸੀਂ ਜਿਸ ਦਿਨ ਤੋਂ ਹੀ ਇਹਨਾਂ ਨੇ ਕ੍ਰਾਈਮ ਕੀਤਾ, ਸਾਡੀਆਂ ਟੀਮਾਂ ਸ਼੍ਰੀ ਅਮਨਿਊ ਰਾਣਾ ਜੀ, ਸ਼੍ਰੀ ਵਿਸ਼ਾਲ ਜੀ ਜੀ ਮੰਡੇਰ ਸਾਹਿਬ ਅਤੇ ਸਾਡੇ CIA ਇੰਸਪੈਕਟਰ ਅਤੇ ਸਾਡੀਆਂ ਜਿਹੜੀਆਂ ਕੰਪਲੀਟ ਜਿਹੜੀਆਂ ਸਾਡੀਆਂ ਟੀਮਾਂ ਨੇ, ਸਾਡੇ ਲਈ ਇੱਕ ਬੜਾ ਵੱਡਾ ਚੈਲੇਂਜ ਸੀ ਕਿਉਂਕਿ ਮੀਡੀਆ ਦੇ ਵਿੱਚ ਇਹਨੂੰ ਬੜਾ ਗਲਤ ਤਰੀਕੇ ਨਾਲ ਪ੍ਰੋਜੈਕਟ ਹੋਇਆ ਸੀ ਵੀ ਬੰਦੇ ਦਿਨ ਦਿਹਾੜੇ ਆ ਕੇ ਇੱਦਾਂ ਦੇ ਇਹ ਕ੍ਰਾਈਮ ਕਰ ਗਏ ਨੇ, NRI ਸੇਫ ਨਹੀਂ ਹੈਗੇ, ਜਦੋਂ ਕਿ ਅਜਿਹੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਇਹ ਉਹਨਾਂ ਦਾ ਜਾਤੀ ਰੰਜਿਸ਼ ਦਾ, ਪਰਿਵਾਰਕ ਰੰਜਿਸ਼ ਦਾ ਮਸਲਾ ਹੈਗਾ ਸੀਗਾ। ਉਹ ਕ੍ਰਾਈਮ, ਅਜਿਹਾ ਕ੍ਰਾਈਮ ਕਿਤੇ ਵੀ ਕਿਸੇ ਵੀ ਕੋਈ ਸੰਭਾਵਨਾ ਹੋ ਸਕਦੀ ਹੈ, ਉਹਨੂੰ ਕਦੇ ਰੋਕਣਾ ਸੰਭਵ ਨਹੀਂ ਹੁੰਦਾ। ਅਤੇ ਪਰੰਤੂ ਸਾਡੀ ਪੁਲਿਸ ਨੇ ਬੜੇ ਹੀ ਟਾਈਮਲੀ, ਸਾਡੇ ਸਾਰੇ ਅਧਿਕਾਰੀਆਂ ਨੇ, ਸਾਡੀ ਟੀਮ ਨੇ, ਜਿੰਨੇ ਵੀ ਜਵਾਨ ਨੇ, ਬੜੀ ਮੁਸਤੈਦੀ ਨਾਲ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ, ਜਿਉਂ ਇੱਥੋਂ ਉਸੇ ਦਿਨ ਸ਼ਾਮ ਨੂੰ ਇਹਨਾਂ ਦਾ ਫੁਟੇਜ ਸ਼ੋਅ ਹੋਈ ਸੀ, ਇੱਥੋਂ ਕਰਤਾਰਪੁਰ ਗਏ, ਕਰਤਾਰਪੁਰ ਤੋਂ ਫਿਰ ਇਹਨਾਂ ਨੇ ਆਟੋ ਯੂਜ਼ ਕੀਤਾ, ਆਟੋ ਯੂਜ਼ ਕਰਕੇ ਫਿਰ ਇਹ ਬੱਸ 'ਤੇ ਬਹਿ ਕੇ ਜਲੰਧਰ ਗਏ, ਜਲੰਧਰ ਤੋਂ ਗਾਂ ਫਿਰ ਇਹ ਹੁਸ਼ਿਆਰਪੁਰ ਗਏ, ਹੁਸ਼ਿਆਰਪੁਰ ਇਹ ਕੱਲ੍ਹ ਸ਼ਾਮ ਨੂੰ ਪ੍ਰੈਜੈਂਸ ਸੀ ਸਾਡੀ, ਸਾਰੀ ਰਾਤ ਸਾਡੀਆਂ ਟੀਮਾਂ ਉੱਥੇ ਲਗਾਤਾਰ ਦਿਨ ਰਾਤ ਲੱਗੀਆਂ ਰਹੀਆਂ। ਇੰਸਪੈਕਟਰ ਅਮਨ ਆ, ਇਹਨਾਂ ਦੀ ਟੀਮ ਆ, ਉਹ ਖੰਘੋਲਦੇ ਖੰਘੋਲਦੇ ਸਾਡੀ ਹਿਊਮਨ ਇੰਟ ਜਾਂ ਟੈਕਨੀਕਲ ਸਾਰਿਆਂ ਦੇ ਹਿਸਾਬ ਨਾਲ ਅੱਜ ਸਵੇਰੇ ਉੱਥੋਂ ਕਾਬੂ ਹੋਏ। ਉਹ ਧਰਮਸ਼ਾਲਾ ਗਏ, ਜਿਨ੍ਹਾਂ ਨੇ ਵੀ, ਜਿਨ੍ਹਾਂ ਨੂੰ ਇਹ ਨੌਲੇਜ ਹੋਵੇ ਵੀ ਇਹ ਮਾੜੇ ਬੰਦੇ ਹੋ ਸਕਦੇ ਨੇ, ਉਹਨਾਂ ਦੀ ਆਈਡੈਂਟੀ ਕੋਈ ਲੁਕਾਉਣ ਦੀ ਕੋਸ਼ਿਸ਼ ਕਰੇ, ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਕੋਈ ਟੈਲੀਫੋਨ ਨੰਬਰ, ਆਧਾਰ ਕਾਰਡ ਆ ਜਿਹੜਾ ਪ੍ਰੋਪਰ ਰਿਕਾਰਡ ਨਾ ਲਵੇ, ਉਹ ਆ ਜਿਹੜੇ ਇਸ ਤਰੀਕੇ ਨਾਲ, ਉਹ ਡੈਫੀਨੇਟਲੀ ਉਹਨਾਂ ਨੂੰ ਇਹ ਪ੍ਰਜ਼ਿਊਮ ਕੀਤਾ ਜਾਂਦਾ ਵੀ ਇਹਨਾਂ ਨੇ ਜਿਹੜੇ ਇਹ ਕ੍ਰਾਈਮ, ਇਹ ਕ੍ਰਿਮੀਨਲ ਨੂੰ ਲੁਕਾਉਂਦੇ ਨੇ। ਅਦਰਵਾਈਜ਼ ਸਰਾਵਾਂ 'ਚ, ਹੋਟਲਾਂ 'ਚ ਸਾਰਿਆਂ ਨੇ ਰਹਿਣਾ ਹੁੰਦਾ, ਉਹਦੇ ਪਰ ਉਹਦੇ ਰਹਿਣ ਦੇ ਲਈ ਨੇਮ ਬਣਿਆ ਹੁੰਦਾ, ਪ੍ਰੋਪਰ ਕੋਈ ਰਜਿਸਟਰ ਲੱਗੇ ਨੇ, ਡਾਕੂਮੈਂਟ ਲੱਗੇ ਨੇ, ਟੈਲੀਫੋਨ ਲੱਗੇ ਨੇ। ਇਸ ਹੋਟਲ ਵਾਲੇ ਨੇ ਕੁਛ ਨਹੀਂ ਲਿਆ ਸੀ, ਦੂਸਰਿਆਂ ਦਾ ਵੀ ਚੈੱਕ ਕਰ ਰਹੇ ਹਾਂ, ਜਿਸ ਤਰ੍ਹਾਂ ਦੀ ਸਹੂਲਤ ਹੋਵੇਗੀ ਵੈਸੀ ਕਾਰਵਾਈ ਕੀਤੀ ਜਾਵੇ। ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਆ, ਉਹ ਅੰਮ੍ਰਿਤਸਰ ਦੇ ਬੰਦੇ ਨੇ ਨਹੀਂ, ਉਹ ਜਿਹੜਾ ਇਹਨਾਂ ਦਾ ਸਾਲਾ ਜਿਹੜਾ ਬਾਹਰ ਬੈਠਾ ਸੁਰਿੰਦਰਪਾਲ, ਹਾਂ ਉਹਨੇ ਇਹਨਾਂ ਨੂੰ ਕਿਤੇ ਰੱਖ ਕੇ ਚੁਕਵਾਏ ਨੇ। ਉਹ ਜਿਹੜਾ ਐਂਗਲ ਹੈਗਾ ਉਹ ਅਸੀਂ ਇਨਵੈਸਟੀਗੇਟ ਕਰਕੇ ਜਿਹੜਾ ਬੰਦਾ ਇਨਵੋਲਵ ਹੋਇਆ ਉਹਨੂੰ ਅਸੀਂ ਫਾਈਂਡ ਆਊਟ ਕਰਾਂਗੇ। ਹੋਰ ਕੋਈ ਮਨੀ ਟ੍ਰਾਂਸਫਰ ਦੇ ਵਿੱਚ ਹੈਲਪ ਕਰਨ ਵਾਲਾ, ਕੋਈ ਵੈਪਨ ਲਿਆਉਣ 'ਚ ਕੋਈ ਹੈਲਪ ਕਰਨ ਵਾਲਾ ਜਿਹੜਾ ਹੈਗਾ, ਜੇਕੋ ਉਹ ਬੰਦਾ ਹੋਵੇਗਾ, ਉਹ ਤਾਂ ਹੈਗਾ ਹੀ, ਉਹ ਤਾਂ ਆਲਰੇਡੀ ਨਾਮਜ਼ਦ ਹੀ ਹੈ ਨਾ, ਉਹ ਤਾਂ ਆਲਰੇਡੀ ਪਾਰਟ ਆਫ FIR ਨੇ। ਜਿਹੜੇ ਜਿਹਦਾ ਵੀ ਜਿੱਦਾਂ ਦਾ ਰੋਲ ਆਏਗਾ ਅਸੀਂ ਕਾਰਵਾਈ ਕਰਾਂਗੇ। ਉਹ ਆਲਰੇਡੀ ਸੀ ਅਰੈਸਟ ਕਰ ਲਿਆ ਜੀ, ਕੱਲ੍ਹ ਉਹਨਾਂ ਕੋਲ ਪਹਿਲਾਂ ਗਏ ਸੀ, ਉਹ ਬੋਥ ਹੈ ਵੀ ਅਰੈਸਟਡ, ਕੱਲ੍ਹ ਦੇ ਅਰੈਸਟ ਨੇ ਸਾਡੇ ਕੋਲ। ਹਾਂਜੀ ਉਹ ਠੀਕ ਹੈ, ਬਿਲਕੁਲ ਠੀਕ ਹੈ, ਉਹ ਬਚ ਗਿਆ। ਠੀਕ ਹੈ ਜੀ, ਥੈਂਕ ਯੂ।